ਉਲਟਾ ਬਾਬੇ ਨੇ ਅੰਮ੍ਰਿਤਪਾਲ ਮਹਿਰਾ ਨੂੰ ਕਿਹਾ ਵੀ ਤੂੰ ਭਾਈ ਕੀ ਲੈਣਾ ਆ ਇਹਨਾਂ ਗੱਲਾਂ ਤੋਂ, ਆਹ ਚੱਕ 10 ਲੱਖ ਰੁਪਈਆ, ਤੂੰ ਕੇਸ 'ਚੋਂ ਬਾਹਰ ਹੋ, ਵੀ ਮੈਂ ਤਾਂ ਨਿਕਲ ਹੀ ਜਾਣਾ ਆ। ਉਹ ਨਹੀਂ ਮੰਨਿਆ, ਕਹਿੰਦਾ ਵੀ ਨਹੀਂ। ਅਤੇ ਬਾਬੇ ਨੂੰ ਫਿਰ ਉਹਨਾਂ ਨੇ ਬਾਹਰ ਬੁਲਾਇਆ ਡੇਰੀ 'ਚੋਂ, ਚੱਲ ਵੀ ਆ ਜਾ ਇੱਕ ਜਾਲ ਦੇ ਤਹਿਤ, ਚੱਲ ਬਾਬੇ ਨੂੰ ਰੰਗੇ ਹੱਥੀ ਫੜਾਂਗੇ ਪੈਸੇ ਦਿੰਦੇ ਨੂੰ। ਅਤੇ ਉਲਟਾ ਬਾਬੇ ਨੇ ਫਰੌਤੀ ਦਾ ਕੇਸ ਪਵਾ ਤਾ ਉਹ 'ਤੇ ਕਿ ਅੰਮ੍ਰਿਤਪਾਲ ਮਹਿਰੋਂ ਮੇਰੇ ਤੋਂ 10 ਲੱਖ ਰੁਪਈਆ ਫਰੌਤੀ ਦਾ ਮੰਗਦਾ ਸੀਗਾ। ਪੰਜਾਬ ਦੇ ਵਿੱਚ ਡੇਰਾ ਖੋਲ੍ਹ ਲਓ, ਬਾਬੇ ਬਣ ਜਾਓ, ਅਤੇ ਤੁਹਾਡੀ ਜੇਬ ਦੇ ਵਿੱਚ ਏਰੀਏ ਦਾ MLA ਅਤੇ ਥਾਣਿਆਂ ਦੇ ਵਿੱਚ ਤੁਹਾਡੀ ਹੈਲੋ ਹਾਏ ਹੋਣੀ ਜ਼ਰੂਰੀ ਆ, ਜਾਂ ਥਾਣਿਆਂ ਦੇ ਵਿੱਚ ਹਰ ਮਹੀਨੇ ਤੁਹਾਡੇ ਵੱਲੋਂ ਇੱਕ ਪੈਕਟ ਇੱਕ ਗਿਫਟ ਪਹੁੰਚਦਾ ਹੋਵੇ, ਤਾਂ ਜੋ ਕੱਲ੍ਹ ਨੂੰ ਤੁਹਾਡੀ ਵਾਹ ਵੱਲ ਕੋਈ ਵੀ ਬੰਦਾ ਝੱਕ ਕੇ, ਤੁਸੀਂ ਕੋਈ ਬਲਾਤਕਾਰ ਕੀਤਾ, ਤੁਸੀਂ ਕੋਈ ਨਸ਼ਾ ਵੇਚਿਆ ਡੇਰੇ ਦੇ ਵਿੱਚ, ਤਾਂ ਤੁਸੀਂ ਫੋਨ ਹੀ ਮਾਰਨਾ ਥਾਣੇ ਦੇ ਵਿੱਚ ਕਿ ਸਰਦਾਰ ਜੀ ਵੀ ਆਹ ਬੰਦਾ ਤੰਗ ਕਰ ਰਿਹਾ, ਅਤੇ ਥਾਣੇ ਵਾਲਿਆਂ ਨੇ ਉਸੇ ਬੰਦੇ ਨੂੰ ਚੱਕ ਕੇ ਅਤੇ ਉਹਦੇ 'ਤੇ ਝੂਠਾ ਪਰਚਾ ਦੇ ਦੇਣਾ ਆ। ਇਹ ਗੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਬਲਜਿੰਦਰ ਸਿੰਘ ਸਾਹ ਜੀ ਨੇ ਕਿ 4 ਤੋਂ 5 ਕੁੜੀਆਂ ਦੇ ਬਲਾਤਕਾਰ ਕੀਤੇ ਆ, ਉਹਨੂੰ ਹੱਥ ਪਾਇਆ, ਉਸਨੂੰ ਸੋਸ਼ਲ ਮੀਡੀਆ ਦੇ ਉੱਪਰ ਨੰਗਾ ਕੀਤਾ ਆ ਕਿ ਭਾਈ ਇਹਦੇ ਡੇਰੇ ਦੇ ਵਿੱਚ ਨਾ ਜਾਓ, ਇਹ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ। ਅਤੇ ਉਸ ਉਲਟਾ ਬਾਬੇ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਕਿਹਾ ਵੀ ਤੂੰ ਭਾਈ ਕੀ ਲੈਣਾ ਆ ਇਹਨਾਂ ਗੱਲਾਂ ਤੋਂ, ਆਹ ਚੱਕ 10 ਲੱਖ ਰੁਪਈਆ, ਤੂੰ ਕੇਸ 'ਚੋਂ ਬਾਹਰ ਹੋ, ਵੀ ਮੈਂ ਤਾਂ ਨਿਕਲ ਹੀ ਜਾਣਾ ਆ। ਉਹ ਨਹੀਂ ਮੰਨਿਆ, ਕਹਿੰਦਾ ਵੀ ਨਹੀਂ। ਅਤੇ ਬਾਬੇ ਨੂੰ ਫਿਰ ਉਹਨਾਂ ਨੇ ਬਾਹਰ ਬੁਲਾਇਆ ਡੇਰੀ 'ਚੋਂ, ਚੱਲ ਵੀ ਆ ਜਾ ਇੱਕ ਜਾਲ ਦੇ ਤਹਿਤ, ਚੱਲ ਬਾਬੇ ਨੂੰ ਰੰਗੇ ਹੱਥੀ ਫੜਾਂਗੇ ਪੈਸੇ ਦਿੰਦੇ ਨੂੰ। ਅਤੇ ਉਲਟਾ ਬਾਬੇ ਨੇ ਫਰੌਤੀ ਦਾ ਕੇਸ ਪਵਾ ਤਾ ਉਹ 'ਤੇ ਕਿ ਅੰਮ੍ਰਿਤਪਾਲ ਮਹਿਰੋਂ ਮੇਰੇ ਤੋਂ 10 ਲੱਖ ਰੁਪਈਆ ਫਰੌਤੀ ਦਾ ਮੰਗਦਾ ਸੀਗਾ। ਅਤੇ ਉਲਟਾ ਹੁਣ ਪ੍ਰਸ਼ਾਸਨ ਵੀ ਜਿਹੜਾ ਉਹ ਬਾਬੇ ਦਾ ਸਾਥ ਦੇ ਰਿਹਾ ਆ, ਅੰਮ੍ਰਿਤਪਾਲ ਦਾ ਸਾਥ ਕੋਈ ਦੇ ਨਹੀਂ ਰਿਹਾ। ਜਿਹੜੀਆਂ 4 ਕੁੜੀਆਂ ਨੇ ਇਲਜ਼ਾਮ ਲਾਏ ਸੀਗੇ, ਉਹ ਕੁੜੀਆਂ ਵੀ ਮੁੱਕਰ ਗਈਆਂ ਵੀ ਅਸੀਂ ਤਾਂ ਬਾਬੇ ਨੂੰ ਜਾਣਦੀਆਂ ਹੀ ਨਹੀਂ ਗੀਆਂ। ਪਹਿਲਾਂ ਉਹ ਕਹਿੰਦੀਆਂ ਕਿ ਬਾਬੇ ਨੇ ਸਾਡੇ ਨਾਲ ਆਹ ਕੀਤਾ, ਉਹ ਕੀਤਾ, ਬਾਬੇ ਨੇ ਵੀਡੀਓ ਬਣਾਈਆਂ ਨੇ, ਬਾਬੇ ਦੇ ਫੋਨ ਦੇ ਵਿੱਚੋਂ ਵੀਡੀਓ ਵੀ ਮਿਲੀਆਂ ਨੇ ਕੁੜੀਆਂ ਦੀਆਂ। ਅਤੇ ਅੰਮ੍ਰਿਤਪਾਲ ਦੇ ਕੋਲ ਜੇਕਰ ਕੁੜੀਆਂ ਆਈਆਂ, ਉਹਨਾਂ ਨੇ ਆਪਣੀ ਫਰਿਆਦ ਰੱਖੀ ਆ ਵੀ ਸਾਡੇ ਨਾਲ ਗਲਤ ਕੰਮ ਹੋਇਆ, ਸਾਡਾ ਸਾਥ ਦਿਓ। ਅਤੇ ਉਸ ਬੰਦੇ ਨੇ ਤਾਂ ਸਾਥ ਦਿੱਤਾ, ਇੱਦਾਂ ਕੋਈ ਬੰਦਾ ਕਿਸੇ 'ਤੇ ਕਿਵੇਂ ਇਲਜ਼ਾਮ ਲਾ ਸਕਦਾ ਆ, ਕੋਈ ਬੰਦਾ ਕਿਵੇਂ ਕਿਸੇ ਬਾਰੇ ਬੋਲ ਸਕਦਾ ਆ। ਇੱਦਾਂ ਜੇਕਰ ਲੋਕ ਬਿਆਨਾਂ ਦੇ ਉੱਪਰ ਜਦੋਂ ਮੁੱਕਰਨ ਜਾਂਦੇ ਨੇ ਨਾ, ਫਿਰ ਬੰਦਾ ਅੰਦਰੋਂ ਟੁੱਟਦਾ ਆ ਕਿ ਯਾਰ ਵੀ ਮੈਂ ਤਾਂ ਲੋਕਾਂ ਦੇ ਭਲੇ ਵਾਸਤੇ ਇੰਨਾ ਕੁਛ ਕਰਦਾ ਆ, ਅਤੇ ਵੀ ਇੱਕ ਮੈਂ ਸੱਚ ਦੀ ਆਵਾਜ਼ ਚੱਕੀ ਆ, ਅਤੇ ਹੁਣ ਉਹੀ ਬੰਦੇ ਮੁੱਕਰ ਗਏ ਆ ਜਿਨ੍ਹਾਂ ਦੇ ਸਿਰ ਦੇ ਉੱਪਰ ਮੈਂ ਆਵਾਜ਼ ਚੱਕੀ ਆ। ਇੱਕ ਇੰਟਰਵਿਊ ਦੇ ਵਿੱਚ ਅੰਮ੍ਰਿਤਪਾਲ ਮਹਿਰੋਂ ਨੇ ਵੀ ਕਿਹਾ ਵੀ ਹੁਣ ਮੈਂ ਇਹ ਥੋੜ੍ਹੀ ਜਾ ਕੇ ਕਹਿਣਾ ਥਾਣਿਆਂ ਨੂੰ ਕਿ ਮੇਰਾ ਬਲਾਤਕਾਰ ਹੋਇਆ, ਜਾ ਕੇ ਤਾਂ ਕੁੜੀਆਂ ਨੇ ਕਹਿਣਾ ਨਾ ਵੀ ਸਾਡਾ ਬਲਾਤਕਾਰ ਕੀਤਾ ਗਿਆ ਬਾਬੇ ਵੱਲੋਂ, ਸਾਡਾ ਟੈਸਟ ਕਰਵਾਇਆ ਜਾਵੇ, ਬਾਬੇ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ, ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ, ਨਾ ਕਿ ਬਾਬੇ ਦਾ ਸਾਥ ਦਿੱਤਾ ਜਾਵੇ। ਆਹ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਮਹਿਰੋਂ ਦੇ ਤੁਸੀਂ ਇੰਸਟਾਗ੍ਰਾਮ ਅਕਾਊਂਟ ਚੈੱਕ ਕਰ ਲਿਓ, ਉਹਨਾਂ ਦੇ ਉੱਪਰ ਉਹਨਾਂ ਨੇ ਅਨਾਊਂਸਮੈਂਟ ਕਰਨੀ ਆ। ਮੋਗੇ ਸ਼ਹਿਰ ਦੇ ਵਿੱਚ ਇਕੱਠ ਰੱਖਣਾ ਹੈ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਅਤੇ ਭਾਈ ਇਕੱਠ ਦੇ ਵਿੱਚ ਜ਼ਰੂਰ ਜਾਇਓ, ਸਾਥ ਦਿਓ, ਕਿ ਆਪਾਂ ਪਹਿਲਾਂ ਹੀ ਉਹੋ ਜਿਹੇ ਬੰਦੇ ਹਾਂ ਪੰਜਾਬੀ ਕਿ ਆਪਾਂ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਕਰਦੇ, ਆਪਾਂ ਮਰਿਆਂ ਦੇ ਭੋਗਾਂ ਦੇ ਉੱਪਰ ਇਕੱਠ ਕਰਨ ਵਾਲੇ ਹਾਂ, ਸ਼ਮਸ਼ਾਨ ਘਾਟ ਜਿਸ ਦਿਨ ਸੰਸਕਾਰ ਹੁੰਦਾ ਬੰਦੇ ਦਾ ਉਸ ਦਿਨ ਇਕੱਠ ਕਰਨ ਵਾਲੇ ਹਾਂ, ਬਾਅਦ 'ਚੋਂ ਆਪਾਂ ਗੱਡੀਆਂ 'ਤੇ ਸਟਿੱਕਰ ਲਾਉਣ ਵਾਲੇ ਹਾਂ, ਤਾਂ ਆਪਾਂ ਬਾਅਦ 'ਚੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾਉਣ ਵਾਲੇ ਹਾਂ। ਦੀਪ ਸਿੱਧੂ ਦੀ ਇੱਕ ਵੀਡੀਓ ਸੀ, ਉਸ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਅਸੀਂ ਜਿਉਂਦੇ ਜੀ ਬੰਦੇ ਦੀ ਕਦਰ ਨਹੀਂ ਕਰਦੇ, ਅਸੀਂ ਮਰੇ ਤੋਂ ਬੰਦੇ ਦੀ ਕਦਰ ਕਰਦੇ, ਅਤੇ ਇਹ ਗੱਲ ਵਾਕਈ ਸੱਚ ਆ। ਹੋਰ ਕਿੰਨੇ ਬੰਦੇ ਆਏ ਨੇ ਪੰਜਾਬ ਤੋਂ ਉੱਠੇ ਨੇ, ਜਿਨ੍ਹਾਂ ਨੇ ਸਮੇਂ ਸਮੇਂ ਸਿਰ ਆਵਾਜ਼ਾਂ ਚੱਕੀਆਂ ਨੇ, ਉਹਨਾਂ ਨੂੰ ਦਬਾ ਦਿੱਤਾ ਗਿਆ। ਦਬਾ ਇਸ ਕਰਕੇ ਦਿੱਤਾ ਗਿਆ ਕਿ ਉਹਨਾਂ ਦੇ ਨਾਲ ਪਿੱਛੇ ਲੋਕ ਨਹੀਂ ਤੁਰਦੇ, ਉਹ ਫਿਰ ਟੁੱਟ ਜਾਂਦੇ ਨੇ, ਉਹਨਾਂ ਨੂੰ ਫਿਰ ਸਮਝਾਇਆ ਜਾਂਦਾ ਆ, ਘਰ ਦੇ ਸਮਝਾਉਂਦੇ ਨੇ ਕਿ ਦੇਖ ਕਾਕਾ ਤੇਰੇ ਪਿੱਛੇ ਆ 10-20 ਜਾਣੇ ਨੇ, ਤੈਨੂੰ ਇਕੱਲੇ ਨੂੰ ਪੰਜਾਬ ਦੀ ਫਿਕਰ ਪਈ ਆ, ਤੂੰ ਇਕੱਲੇ ਨੇ ਪੰਜਾਬ ਦਾ ਠੇਕਾ ਲਿਆ ਆ, ਕੋਈ ਤੇਰੇ ਪਿੱਛੇ ਤੁਰਦਾ ਤਾਂ ਹੈ ਨਹੀਂ। ਜਦੋਂ ਨਾਲ ਲੱਖਾਂ ਬੰਦਾ ਹੋਵੇ ਨਾ ਬੰਦੇ ਦੇ ਪਿੱਛੇ, ਤਾਂ ਬੰਦਾ ਇੱਕ ਬੋਲਦਾ ਹੋਵੇ ਤਾਂ ਉਦੋਂ ਘਰ ਦੇ ਕੀ ਪਿੰਡ ਦੇ ਵੀ ਹੱਲਾਸ਼ੇਰੀ ਦਿੰਦੇ ਆ ਕਿ ਸਾਰਾ ਪਿੰਡ ਤੇਰੇ ਨਾਲ ਆ, ਤੂੰ ਫੱਟੇ ਚੱਕ ਕੇ ਰੱਖ ਅੱਗੇ।
ਅਤੇ ਇਸ ਕਰਕੇ ਸਾਥ ਦੇਣਾ ਭਾਈ ਜ਼ਰੂਰੀ ਆ, ਸਾਥ ਦੇ ਲਓ, ਮੌਕਾ ਨਾ ਕਿਤੇ ਹੱਥੋਂ ਖੁੰਝ ਜਾਵੇ। ਜੇ ਇਹ ਬਲਾਤਕਾਰੀ ਸਾਧ ਸਜ਼ਾ ਤੋਂ ਬਚ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਜਿਹੜਾ ਕਿ ਡੇਰਾ ਖੁੱਲ੍ਹ ਜਾਣਾ ਆ, ਹਰ ਪਿੰਡ ਪਿੰਡ ਦੇ ਵਿੱਚ ਇੱਕ ਬਲਾਤਕਾਰੀ ਸਾਧ ਬੈਠਾ ਹੋਊਗਾ, ਜਿਸ ਦੀ ਜੇਬ ਦੇ ਵਿੱਚ MLA ਅਤੇ ਥਾਣੇ ਹੋਣਗੇ, ਅਤੇ ਤੁਸੀਂ ਅੱਖਾਂ 'ਚ ਘਸੌਣ ਦੇ ਦੇ ਕੇ ਰੋਵੋਂਗੇ, ਤੁਸੀਂ ਕੁਛ ਨਹੀਂ ਕਰ ਸਕਦੇ। ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਮੋਗੇ ਸ਼ਹਿਰ ਦੇ ਵਿੱਚ ਪਹੁੰਚਿਓ ਜਿੱਥੇ ਇਕੱਠ ਰੱਖਿਆ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ, ਸਾਥ ਦਿਓ ਸਾਰੇ ਜਾਣੇ। ਪਹਿਲਾਂ ਵੀ ਉਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਆ ਅਤੇ ਹਮੇਸ਼ਾ ਡਟ ਕੇ ਖੜ੍ਹੇ ਨੇ, ਹੁਣ ਜ਼ਰੂਰਤ ਆ ਤੁਹਾਡੇ ਸਾਥ ਦੀ। ਬਹੁਤ ਬਹੁਤ ਸ਼ੁਕਰੀਆ।